ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਹੀ ਤਰ੍ਹਾਂ ਵੀਰਾਂ ਭਰਾਵਾਂ ਨੂੰ ਮਿਲਦਾ ਰਹੇ। ਸਭ ਤੋਂ ਪਹਿਲੇ ਅੱਜ ਜਨਾਬ ਇੱਕ ਪਹਿਲਾਂ ਛੁੱਟੀ ਅੱਲਾਹ ਦੇ ਫਜ਼ਲੋ ਕਰਮ ਨਾਲ, ਅੱਲਾਹ ਤਾਲਾ ਨੇ ਜਨਾਬ ਵਕਤ ਬੜੇ ਲਾਏ ਨੇ ਛੁੱਟੀ ਨੂੰ, ਬਾਕੀ ਜਨਾਬ ਥਣ ਛੱਡਾ ਅੱਲਾਹ ਦੇ ਫਜ਼ਲੋ ਕਰਮ ਨਾਲ ਲਾਜਵਾਬ ਛੁੱਟੀ ਪੂਰੀ ਜਨਾਬ ਬਰੀਕ ਕੱਚ ਦੀਆਂ ਮੰਗਾਂ ਅੱਲਾਹ ਦੇ ਫਜ਼ਲੋ ਕਰਮ ਨਾਲ ਫੁੱਟਾ ਪੁੱਠਾ ਟਾਕ ਕੈਮਰੇ ਮੇਰੇ ਦੀ ਨਜ਼ਰ ਹੈ, ਨੀਲੀ ਦੇ ਬਟਨ ਲੱਗੇ ਨੇ ਜਨਾਬ ਪੂਰੀਆਂ ਨੀਲੀ ਦੀਆਂ ਜਨਾਬ ਆਰ ਪਾਰ ਪੂਰੇ ਮਾਸ਼ਾਅੱਲਾ ਸੋਹਣਾ ਥਣ ਖੱਬੇ ਦਾ ਲਿਬਾਸ ਚੁੰਨੀ ਤੋਂ ਲੈ ਕੇ ਤੇ ਸਾਫ਼ ਤਿੱਕਰ ਚਾਰ ਛੇ ਮੇਰੇ ਕੈਮਰੇ ਦੀ ਨਜ਼ਰ ਹੈ। ਬਾਕੀ ਜਨਾਬ ਕਿੰਨੇ ਦੇ ਲੈਂਦੀ ਹੈ, ਕਿੰਨਾ ਮਾਲਕ ਮੁਲਕ ਕਰਦਾ, ਅੱਗੇ ਚੱਲ ਕੇ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਬਾਕੀ ਛੋਟੀ ਅੱਲਾਹ ਦੇ ਫਜ਼ਲੋ ਕਰਮ ਨਾਲ ਪੂਰੀ ਨੀਲੀ ਦੀ ਅੱਲਾਹ ਦੇ ਫਜ਼ਲ ਨਾਲ ਲਿਬਾਸ ਮਾਸ਼ਾਅੱਲਾ ਥੱਬੇ ਦਾ ਮੁੱਠ ਮੁੱਠ ਤੇ ਥਾਣ ਪੂਰੀ ਲੋਕੇਸ਼ਨ ਕੱਦ ਚੰਗਾ ਲਾਮ ਚੰਗੀ ਕੰਨੀ ਮਾਸ਼ਾਅੱਲਾ ਵਲਾਇਤ ਨਿੱਕੀ ਨਿੱਕੀ ਸਿੰਘੀ ਬਿੱਲੀ ਅੱਖ ਮਾਸ਼ਾਅੱਲਾ ਬੂਖੀ ਬਰੀਕ ਚੁੰਨੀ ਪੌੜੀ ਦਾ ਜਨਾਬ ਨਿਸ਼ਾਨ ਕੋਈ ਨੀ। ਬਾਕੀ ਜਨਾਬ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੀਆਂ ਲੈਂਦੇ ਹਨ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਹੈ ਜਨਾਬ? ਠੀਕ ਠਾਕ ਭਾਈ, ਤਬੀਅਤ ਸਿਹਤ ਸਭ ਖੈਰ ਖਰੀਅਤ? ਖੈਰ ਸਿਹਤ। ਤੇ ਆਪਣੀ ਛੁੱਟੀ ਕਰਦੀ ਹੈ? ਹਾਂਜੀ ਕਰਦੀ। ਪੱਕੀ ਗੱਲ ਹੈ? ਪੱਕੀ ਗੱਲ ਹੈ। ਵਪਾਰ ਦੀ ਤਾਂ ਨਹੀਂ? ਵਪਾਰ ਦੀ ਨਹੀਂ। ਤੇ ਆਪਦੀਆਂ ਮੱਝਾਂ ਨੀ ਮੱਝੇ? ਹਾਂਜੀ ਪੁਰਾਣੀਆਂ ਚੋ। ਹਾਂਜੀ ਠੀਕ ਹੋ ਗਿਆ। ਤੇ ਬਾਕੀ ਸੁਆਹ ਕਿੰਨਾ ਹੋਵੇਗੀ? ਇਹ ਪਹਿਲੇ ਪੱਕੀ ਗੱਲ, ਪਹਿਲੇ ਗਰੰਟੀ ਨਾਲ ਜਿਹੜੀ ਵੀ ਕਰਨੀ ਹੈ ਗਰੰਟੀ ਆ ਹੀ ਕਰਨੀ ਹੈ। ਹਾਂਜੀ ਗਰੰਟੀ ਆ ਕਰਨੀ, ਬਗੈਰ ਛੋਟੀ ਤੋਂ ਬਗੈਰ ਜਨਾਬ ਤਸੱਲੀ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਅੱਛਾ ਜੀ, ਪਹਿਲਾਂ ਸੁਆਹ ਕਿਵੇਂ ਕਿੰਨੇ ਦਿਨ ਲੈਣੀ? ਹੁਣ ਚ ਪਾਣੀ ਤੇ 10 ਮਹੀਨੇ ਚ 5 ਦਿਨ। ਅੱਛਾ 5 ਦਿਨ, ਹਾਂ ਉਸ ਤੋਂ 2 ਦਿਨ ਤੇ ਲੈ ਜਾਏ। ਅੱਛਾ, ਯਾਰ ਕਿ 5-7 ਦਿਨ ਲੈਂਦੀ ਹੈ? ਖੜੀ ਹੈ ਗੱਬਣ ਚੋਟੀ, ਠੀਕ ਹੈ। ਇਹਦੀ ਆਪਣੀ ਥਣਾਂ ਦੀ ਗਰੰਟੀ ਹੋਵੇਗੀ? ਆਪਾਂ ਕੋਈ ਬਿਆਨਾ ਕਰਾ ਦੇ ਲੱਖ। ਅੱਛਾ, ਗੱਲ ਕਰੀਏ ਸਿੱਧੀ ਸਿੱਧੀ ਗੱਲ ਕਰੋ ਕਿ ਮੈਂ ਇਹ ਚਾਹ ਦੀ ਝੋ ਜਾਤ ਲੈ ਸੂ ਪਵੇ ਤਾਂ ਸੂ ਪਵੇ ਤਾਂ ਜੇ ਕੋਈ ਮੇਰਾ ਭਰਾ ਲੈ ਕਿਵੇਂ ਲੈ ਜਾਵੇ? ਅੱਜ ਇਹ ਚੀਪ ਲਵੇ ਥਣ ਚਲ ਕੇ ਜਾ, ਚਾਰੇ ਥਣ ਪਾਸ ਕਰ ਲਈਏ, ਪਾਸ ਕਰ ਆਈ ਸਭ ਮੇਰੇ ਚੰਗੀ ਲੱਗੇ ਤੇ ਲੈ ਜਾਈਏ, ਤੇ ਬਿਆਨਾ ਕਰਾ ਕੇ ਤੁਸੀਂ ਇਸ ਨੂੰ ਲੈ ਕੇ ਜਾਓ। ਸੂਈ ਹੋਈ ਤੇ ਸੂਈ ਹੋਈ ਲੈ ਜਾਵੇ ਥਣਾ ਤੇ ਬਾਤਾ ਘਾਟਾ ਹੋਵੇ। ਅੱਛਾ, ਬਿਆਨਾ ਪਾਉਂਦਾ ਵਾਪਸ। ਅੱਛਾ, ਤੁਹਾਡੀਆਂ ਮੱਝਾਂ ਮਾਸ਼ਾਅੱਲਾ ਮੈਂ ਵੇਖੀਆਂ ਨੇ, ਪੁਰਾਣੀਆਂ ਮੱਝਾਂ ਬਹੁਤ ਚੰਗੀਆਂ ਨੇ। ਕਿਉਂ ਨੀਲੀ ਦੀ ਮੈਂ ਆਪਣੀ ਧੁੰਨੀ ਕੋੜੀ ਮੈਂ ਅੱਜ ਹੈ ਹੀ ਕਾਜ ਨਹੀਂ, ਖੁੱਡਾ ਮੈਂ ਦਾ ਅੱਗੇ ਤੇ ਪੂਛ ਮੈਂ ਵੇਖਿਆ ਇੱਕ ਧਾਗਾ ਹੁੰਦਾ ਹੈ। ਸੂਬੇ ਦੀ ਛੋਟੀ ਅੱਲਾ ਖੈਰ ਕੋਈ ਨਾ ਸਵਾਵੇ ਨੂੰ, ਚੰਗੇ ਲੱਗੇ ਨੇ ਥਾਨ ਸੋਹਣਾ ਨੀਲੀ ਦੇ ਆਰ ਪਾਸ ਪੂਰੇ ਜਮੂਰੇ ਇੱਕ ਯਾਰ ਜਿਹੜੇ ਜਿੰਨਾ ਬੰਦਾ ਜਿੰਨਾ ਲੋਕਾਂ ਨੇ ਜਿੰਨਾ ਭਰਾਵਾਂ ਨੇ ਮੱਝਾਂ ਰੱਖੀਆਂ ਨੇ, ਉਹਨਾਂ ਨੂੰ ਇਹ ਪਤਾ ਹੈ ਨੀਲੀ ਜੀ ਮੈਂ ਕਿਵੇਂ ਹੁੰਦੀ, ਕੀ ਚੀਜ਼ ਹੁੰਦੀ, ਆਪਣੇ ਦੱਸਣ ਨਾਲ ਕੋਈ ਬਣ ਨਹੀਂ ਜਾਣੀ, ਆਪਣੇ ਦੱਸਣ ਨਾਲ ਆਪਣਾ ਕੰਮ ਵਿਖਾ ਦੇਣਾ, ਵਿਖਾ ਦੇਣਾ, ਠੀਕ ਹੈ। ਬਾਕੀ ਭਰਾਵਾਂ ਤੇ ਹੁੰਦੀ ਹੈ, ਬਾਕੀ ਆਪਣੀ ਜਿਹੜੀ ਗਰੰਟੀ ਹੁੰਦੀ ਹੈ ਸਿਰਫ ਥਣਾਂ ਦੀ, ਥਣਾਂ ਦੀ, ਠੀਕ ਹੈ। ਮੈਂ ਜੇ ਆਪਣੀ ਦੇ ਨੋਂ ਵੇਖੇ ਕੋਈ ਪਤਾ ਸੁਣਦਾ। ਅੱਛਾ, ਇਹ ਸੂਬੇ ਕੀ ਖੈਰ ਪੀਏ ਨਾ, ਦੁੱਧ ਕਿੰਨਾ ਕਰਦੀ ਰਹੇਗੀ? ਦੁੱਧ ਪੱਕਾ ਦੁੱਧ 15-16 ਕਿਲੋ, 15-16 ਕਿਲੋ ਕਰੇਗੀ? ਹਾਂਜੀ ਪੱਕਾ ਕਰੇਗੀ, ਠੀਕ ਹੋ ਗਿਆ। ਹੁਣ ਗੱਲ ਇਸ ਤਰ੍ਹਾਂ ਵੀ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਬਣਾਉਣੀ, ਮੁਹੱਬਤ ਤੇ ਪਿਆਰ ਨਾਲ ਵੇਚਣੀ ਹੈ, ਆਈ ਸਮਝ? ਮੁੱਲ ਉਹ ਕਰਨਾ ਹੈ ਜਿੱਥੇ ਆਪਾਂ ਵੇਚ ਸਕੀਏ, ਮੁੱਲ ਤਾਂ ਜੋੜੀ ਤਾਂ 6 ਲੱਖ, ਮੁੱਲ 6 ਲੱਖ, ਲੇਕਿਨ ਕੋਈ ਗੱਲ ਕਰਦੇ ਠੀਕ ਆ, ਐਸਾ ਵੇਦੋ ਕਰਦੇ ਪਿਆਰ ਮੁਹੱਬਤ ਕਰ, ਪਿਆਰ ਮੁਹੱਬਤ ਕਰਕੇ 5,70,000 ਜਾਂ 5 ਲੱਖ ਤੇ 70,000 ਕੋਈ ਇਹਦੇ ਵਿੱਚ ਮੇਰਾ ਭਰਾ ਆ ਜਾਂਦਾ ਹੈ, ਕੁਛ ਸਿਗੜਦਾ ਚਾਹ ਪਾਣੀ ਦਾ, ਕੁਛ 2-3,000 ਦੇ ਹੋ ਜਾਏ, ਠੀਕ ਹੋ ਗਿਆ। ਤੇ ਥਣਾਂ ਦੀ ਗਰੰਟੀ, ਚਾਰੇ ਥਣ ਚਲਦੇ ਜਾਵਾਂਗੇ, ਕੋਈ ਭਰਾ ਸਫ਼ਰ ਕਰਕੇ ਆਵੇ ਥਣ ਚ ਘਾਟਾ ਵਾਧਾ ਛੱਟਾ ਫੁਆਰਾ, ਇਹਦੀ ਆਪਣੀ ਜਨਾਬ ਪੂਰੀ ਗਰੰਟੀ ਹੋਵੇਗੀ। ਬਾਕੀ ਜਨਾਬ ਪੂਰੀ ਮੱਝ ਜਨਾਬ ਮੇਰੇ ਕੈਮਰੇ ਨਜ਼ਰ ਹੈ, ਭਰਾਵਾਂ ਨੇ ਪਸੰਦ ਕਰਨੀ ਹੈ, ਲੇਕਿਨ ਮੱਝ ਪਹਿਲਣ, ਥਣਾਂ ਦੀ ਗਰੰਟੀ, ਕੋਈ ਭਰਾ ਬਿਆਨਾ ਕਰਾ ਦੇਵੇ ਤੇ ਇਨਸ਼ਾਅੱਲਾ ਸੂਈ ਤੋਂ ਵੀ ਜਨਾਬ ਤਾਬੇਦਾਰ, ਬਾਕੀ ਮੱਝ ਭਰਾਵਾਂ ਨੇ ਤਸੱਲੀ ਕਰਨੀ ਹੈ, ਲੇਕਿਨ ਕੋਈ ਮਾੜਾ ਨਹੀਂ।
5,70,000 ਦੇ ਵਿਚ ਪਿਆਰ ਮੁਹੱਬਤ ਜ਼ਰੂਰ ਹੋਵੇਗਾ। ਨੀਲੀ ਦੀਆਂ ਮੱਝਾਂ ਅੱਲਾ ਦੇ ਫਜ਼ਲ ਓ ਕਰਮ ਨਾਲ ਭਰਾਵਾਂ ਨੂੰ ਰੋਜ਼ਾਨਾ ਅੱਲਾ ਦੇ ਫਜ਼ਲ ਨਾਲ ਨਵੀਂ ਤੋਂ ਨਵੀਂ ਵੀਡੀਓ ਵਿਖਾਈ ਦੀ ਹੈ। ਉਲਝੀ ਫਿਲਦੀ ਮਾਸ਼ਾਅੱਲਾ ਜਿਵੇਂ ਪ੍ਰਵਾਨ ਕਰਦੇ ਨੇ। ਨੰਬਰ ਜਨਾਬ 0348-0684-88। ਮਿਲਾਂਗੇ ਜਨਾਬ ਅਗਲੀ ਵੀਡੀਓ ਨਾਲ। ਅੱਲਾ ਦੀ ਕਿਰਪਾ। ਪਾਕਿਸਤਾਨ।